ਪਾਰਚਰ ਕਰਨ ਉਹਨਾਂ ਦੀ ਕਲੀਨ ਕਰਨ ਤੋਂ ਬਾਅਦੇ ਉਥੇ ਸਿਤਵਾ ਵੇਟ ਲੱਗਦਾ ਹੈ ਲਾ ਕੇ ਠਾਣਾ ਉਸ ਠਾਣੇ ਦੇ ਵਿੱਚ ਉਹਨੂੰ ਕੱਟ ਛੋਟੇ ਛੋਟੇ ਪੀਸਸ ਦੇ ਵਿੱਚ ਕੱਟਿਆ ਗਿਆ ਜਿਸ ਦਿਨ ਇਹਨਾਂ ਨੇ ਉਹਨਾਂ ਨੂੰ ਕੱਟ ਪੀਸਸ ਕੀਤਾ ਹੈ ਅਗਲੇ ਦਿਨ ਪਿੰਡ ਦੀ ਜਿਹੜੀ ਸਫਾਈ ਵਾਲੀ ਔਰਤ ਸੀ ਗਈ ਉਹਨੇ ਦੇਖਿਆ ਕਿ ਉਸ ਕਮਰੇ ਦੇ ਵਿੱਚ ਕੋਈ ਖੂਨ ਨਹੀਂ ਖੂਨ ਇਹ ਕਾਰਨ ਹੈ ਕਿ ਅਜ ਵੀ ਸਿਤਵਾ ਵੇਟ ਦੇ ਵਿੱਚ ਕਹਿੰਦੇ ਤੁਸੀਂ ਪਤਾ ਕਰ ਲੋ ਉਸ ਕਮਰੇ ਦੇ ਵਿੱਚ ਅੱਜ ਵੀ ਖਾਣੇ 'ਚ ਕੋਈ ਸੌਂਦਾ ਨਹੀਂ ਹੈਗਾ ਐਸਐਸਪੀ ਸੁਵਨ ਸਿੰਘ ਕੋਟ ਨੇ ਦੇ ਇੱਕ ਬੜਾ ਰਾਈਟ ਹੈਂਡ ਬੰਦਾ ਸੀ ਫੁੱਲ ਸਵਿਚ ਫੁੱਲ ਅਫਸਰ ਸੀ ਦਰਸ਼ਨ ਸਿੰਘ ਦੇਲੋ ਜਿਹੜਾ ਇੱਕ ਬੜਾ ਜ਼ਾਲਮ ਮੰਨਿਆ ਜਾਂਦਾ ਸੀ ਉਹਦੇ ਉੱਪਰ ਉਹ ਤਾਂ ਖਾਸ ਤੂਸੇ ਦੱਸਦੇ ਕਿ ਚੀਜ਼ ਸੀ ਕਿ ਇਹ ਬੜਾ ਜ਼ਾਲਮ ਅਫਸਰ ਹੈ ਤੇ ਇੱਥੇ ਅਟੈਕ ਕੀਤਾ ਜਾਵੇ ਤਾਂ ਸੀ ਸੀਨੀਅਰ ਅਫਸਰ ਦਾ ਮਤਲਬ ਉਹ ਸੁਵਨ ਸਿੰਘ ਕੋਟ ਨੇ ਜਿਹਨੂੰ ਕਿ ਬਹੁਤ ਜ਼ਾਲਮ ਪੁਲਸ ਅਫਸਰ ਮੰਨਿਆ ਗਿਆ ਸਿੱਖਾਂ ਨੂੰ ਪਤਾ ਕਿ ਉਹਨੇ ਬਹੁਤ ਜ਼ੁਲਮ ਕੀਤੇ ਨੇ ਉਹ ਤਾਂ ਰਾਈਟ ਹੈਂਡ ਸੀ ਜਦੋਂ ਉਰਤੀ ਖਾੜਕੂ ਨੇ ਅਟੈਕ ਕੀਤਾ ਤੇ ਉਹ ਅਟੈਕ ਹਿਸ ਹੋ ਜਾਂਦਾ ਹੈ ਉਸ ਗੱਡੀ 'ਚ ਉਸ ਦਿਨ ਆਉਂਦਾਂ ਨੂੰ ਹੋਰ ਹੁੰਦਾ ਜਦੋਂ ਉਸ ਕੇਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਫੜਫੜਾਈ ਹੁੰਦੀ ਹੈ ਪਤਾ ਲੱਗਦਾ ਹੈ ਕਿ ਉਹ ਜਿਹੜੇ ਖਾੜਕੂ ਪੁਲਿਸ ਦੀ ਜੁਨੀਫਾਰਮ ਚਾਹੀ ਸੀ ਉਹਨਾਂ ਨੇ ਇਹ ਜਿਹੜੀ ਜੁਨੀਫਾਰਮ ਹੈ ਕੰਕਪੇਟ ਦੇ ਇੱਕ ਟੇਲਰ ਕੋਲ ਸਟਿਚ ਕਰਾਈਆਂ ਉਹ ਜਦੋਂ ਇਹ ਗੱਲ ਸਵਨ ਸਿੰਘ ਕੋਟਰੇ ਨੂੰ ਪਤਾ ਲੱਗਦੀ ਹੈ ਉਹਨਾਂ ਦੇ ਮਨ 'ਚ ਜਾਂਦਾ ਹੈ ਕਿ ਇਹ ਜਿਹੜੀ ਦਰਸ਼ਨ ਡੇਲੋਂ ਦੇ ਮਗਰ ਜਿਹੜਾ ਵਾ ਸ਼ਾਇਦ ਇਹ ਸਾਰਾ ਅਟੈਕ ਦੇ ਪਿੱਛੇ ਜਿਹੜਾ ਹੱਥ ਹੈ ਪਾਈ ਗਰਦੀਪ ਸਿੰਘ ਕੌਕੇ ਹੋਣਾ ਹੈ ਇਹ ਉਹਨਾਂ ਨੂੰ ਟਾਰਗੇਟ ਕਰ ਲੈਂਦੇ ਨੇ ਉਸ ਦਿਨ ਜਿਹੜੀ ਸਿੱਖ ਵਾਇਸ ਹੈ ਉਹਨੂੰ ਮਜ਼ਲ ਕਰਨ ਲਈ ਉਹਨੂੰ ਸਨਪ ਕਰਨ ਲਈ ਇਸ ਰਵਾਇਟਾ ਵਟਾ ਇੰਨੀ ਜ਼ਰੂਰਤ ਕੀਤੀ ਹੈ ਕਿ ਨਹੀਂ ਤੇ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੂੰ ਹੱਥ ਪਾਉਣ ਤੋਂ ਪਹਿਲੇ 100 ਵਾਰ ਸੋਚਿਆ ਜਾਂਦਾ ਸੇਮ ਸਟੋਰੀ ਪਾਈ ਗਰਦੀਪ ਸਿੰਘ ਕੌਕੇ ਹੋਣ ਦੇ ਕੇਸ ਵਿੱਚ ਇਸੀ ਇਹਨਾਂ ਦੀ 10000 ਦੀ ਰਿਕਵਰੀ ਕਰਨ ਜਾ ਰਹੇ ਸੀ ਰਸਤੇ ਵਿੱਚ ਕ੍ਰਾਸ ਫਾਇਰਿੰਗ ਹੋਈ ਹੈ ਤੇ ਭੱਜ ਗਏ ਜਦੋਂ ਪੁਲਿਸ ਨੂੰ ਪਤਾ ਹੁੰਦਾ ਵੀ ਆਪਾਂ ਇਹਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦੇਣਾ ਉਹਨੂੰ ਬਰੂਟਲ ਟੌਰਚਰ ਕਰਦੇ ਤੇ ਬੰਦਾ ਪਰਜੰਦੀ ਦੇ ਦੋਵੇਂ ਦੀ ਗੱਲ ਹੈ ਬੰਦਾ ਉੱਠ ਕੇ ਖੜਾ ਹੋਣ ਦੀ ਪੋਜੀਸ਼ਨ 'ਚ ਨਹੀਂ ਹੁੰਦਾ ਇਹ ਜਿਹੜੀਆਂ ਪੁਰਸਤੀਆਂ ਸਟੋਰੀਆਂ ਨੇ ਸਾਰੀਆਂ ਆਪ ਬਣਾਈਆਂ ਹੋਈਆਂ ਪੀ ਦਸਨਤੀ ਉੱਥੇ ਕਿੰਨੀ ਇਨਫੋਰਮ ਕੀਤਾ ਘਟ ਨੂੰ ਤੇ ਪਾਈ ਗਰਦੀਪ ਸਿੰਘ ਕੌਂਕੇ ਨੂੰ ਫਲਾਨੀ ਰੋਡ ਤੋਂ ਲੈ ਕੇ ਚੱਲੇ ਆ ਤੇ ਹੁਣ ਤੁਸੀਂ ਅਟੈਕ ਨੂੰ ਲਾ ਦਿਓ ਉਹਨਾਂ ਨੇ ਵਾਕ ਆਊਟ ਕਰਤਾ ਕਿ ਸਾਨੂੰ ਨੌਕਰੀ ਤੋਂ ਬੇਸ਼ੱਕ ਕੱਢ ਦੇਉਂ ਅਸੀਂ ਇਸ ਮੁੱਟੜ ਅਫਸਰ ਦੇ ਕਿਰਤ ਨਹੀਂ ਕਰਨਾ ਹੈ ਤੇ ਕਈ ਮੌਕੇ ਆਏ ਨੇ ਇਹ ਮੁੱਦਾ ਲਗਾਤਾਰ ਹਾਈਲਾਈਟ ਹੋਇਆ ਹੈ ਆਹ ਕੁਝ ਜੁਹੁੰਦੇ ਨੇ ਜੀ ਕੋਟਨਾ ਮਰ ਗਿਆ ਇੱਕ ਦੋ ਹੋਰ ਮਰੇ ਨੇ ਬਾਕੀ ਜੁਹੁੰਦੇ ਨੇ ਪਰ ਸਾਡੀ ਟ੍ਰੈਜ਼ਰੀ ਹੈ ਕਿ ਜਿਹੜੇ ਬੰਦਿਆਂ ਨੇ ਸਿੱਖਾਂ ਤੇ ਜ਼ੁਲਮ ਕੀਤੇ ਨੇ ਉਹਨ ਇੱਕ ਪਰਮਰਾਜ਼ ਉਮਰਾਂ ਨੰਗਲ ਹੈ ਆਈਜੀ ਪੁਲਸ ਦਾ ਜਿਨੇ ਇਹਨੀਆਂ ਕਿਲਿੰਗਸ ਕੀਤੀਆਂ ਨੇ ਸਿੱਖਾਂ ਦੇ। ਅਨੁਸ਼੍ਰਾਮਿਕ ਕਮੇਟੀ ਔਨਰ ਕਰਦੀ ਹੈ ਸਿਰੋਪਾ ਦਿੰਦੀ ਹੈ। ਹਨਾ ਜਿਹੜਾ ਸਵਾਨ ਸਿੰਘ ਕੋਟਨਾ ਹੈ ਜਿਨੇ ਅਕਾਲ ਤਖਤ ਸਾਹਿਬ ਤੇ ਜਥੇਦਾਰ ਨੂੰ ਸ਼ਹੀਦ ਕੀਤਾ ਹੈ। ਉਹਦੇ ਭੋਗ ਤੇ ਸ਼੍ਰੋਮਣੀ ਕਮੇਟੀ ਦੇ ਜਥੇ ਆਉਂਦੇ ਨੇ ਕੀਰਤਨ ਕਰਨ ਲਈ। ਇਹ ਤੇ ਸ਼ਰਮ ਵਾਲੀ ਗੱਲ ਹੈਗੀ ਹੈ। ਸਸਤੀ ਕਾਲਾ ਪੂਰੇ ਸੂਬੇ 'ਚ ਦੇਖਿਆ ਜਾਵੇ ਇਸ ਸਮੇਂ ਦੇ ਦੌਰਾਨ ਇੱਕੋ ਹੀ ਚਰਚਾ ਲਗਾਤਾਰ ਚੱਲ ਰਹੀ ਹੈ ਕਿ ਜਥੇਦਾਰ ਕੌਂਕੇ ਹੋਰਾਂ ਦੇ ਕਤਲ ਨੂੰ ਲੈ ਕੇ ਰਿਪੋਰਟ ਹੈ ਜਿਹੜੀ ਉਹ ਸਾਹਮਣੇ ਆਉਂਦੀ ਆ। ਰਿਪੋਰਟ ਹਾਲਾਂਕਿ ਬਹੁਤ ਪੁਰਾਣੀ ਤਿਆਰ ਹੋਈ ਹੋਈ ਕਿੰਨਾ ਸਮਾਂ ਜੇ ਕਹੀਏ ਸਰਕਾਰੀ ਕਾਗਜ਼ਾਂ ਦੇ ਵਿੱਚ ਦਬੀ ਰਹਿੰਦੀ ਆ ਪਰ ਹੁਣ ਇਹਦੇ ਤੇ ਚਰਚਾ ਜਦੋਂ ਸ਼ੁਰੂ ਹੁੰਦੀ ਆ ਤਾਂ ਹੁਣ ਤੱਕ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਜਥੇਦਾਰ ਕੌਂਕੇ ਹੁਣੇ ਨੂੰ ਪੁਲਿਸ ਜ਼ਬਰਦਸਤੀ ਚੱਕਦੀ ਆ ਜਾਂ ਕਹੀਏ ਕਿ ਗਲਤ ਟੰਗ ਦੇਣਾ ਚੱਕਦੀ ਆ ਉਸ ਤੋਂ ਬਾਅਦ ਵਿੱਚ ਤਸ਼ੱਦਦ ਹੁੰਦਾ ਅਨਮਨੁੱਖੀ ਫਿਰ ਉਹਨਾਂ ਦਾ ਕਤਲ ਹੁੰਦਾ ਸਰਕਾਰੀ ਕਾਗਜ਼ਾਂ ਦੇ ਵਿੱਚ ਹਜੇ ਵੀ ਉਹ ਫਰਾਰ ਨੇ ਪਰ ਦੂਜੇ ਪਾਸੇ ਦੇਖੀਏ ਤਾਂ ਇੰਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਜਿੱਥੇਦਾਰ ਗੁਰਦੇਵ ਕੌਂਕੇ ਹੈ ਕੌਣ ਸੀਗੇ ਦਰਸਲ ਪੁਲਿਸ ਨੇ ਕਿਉਂ ਚੱਕਿਆ ਉਹਨਾਂ ਨੂੰ ਕਿਉਂਕਿ ਇਹ ਤਾਂ ਠੀਕ ਹੈ ਕਿ ਦੋ ਮਾਮਲੇ ਜਿਹੜੇ ਐਫ ਆਈ ਆਰ ਜੋ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਪਕੋੜੇ ਕਰਾਰ ਦਿੱਤਾ ਹੋਇਆ ਹੈ ਤਾਂ ਉਹ ਤਾਂ ਹੈਗੀਆਂ ਸੀ ਬਟ ਇੰਟੈਂਸ਼ਨ ਕੀ ਸੀ ਜੇਕਰ ਉਹਨਾਂ ਦੇ ਨਾਲ ਜ਼ਬਰਦਸਤੀ ਗਲਤ ਤਰੀਕੇ ਨਾਲ ਉਹਨਾਂ ਨੂੰ ਇਸ ਹੱਦ ਤੱਕ ਪਹੁੰਚਾ ਦਿੱਤਾ ਗਿਆ ਕਿ ਉਹਨਾਂ ਦੀ ਮੌਤ ਹੋ ਜਾਂਦੀ ਹੈ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਇਹਦੇ ਜਿਉਂ-ਜਿਉਂ ਸਰਕਾਰਾਂ ਵੀ ਬਦਲਦੇ ਰਹੀਆਂ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਅੱਜ ਰੌਲਾ ਬਿਹਤ ਜਿਆਦਾ ਹੈਗਾ ਕਈ ਫੈਕਟ ਨੇ ਉਹਨਾਂ ਤੇ ਗੱਲ ਕਰਾਂਗੇ ਕਿਉਂਕਿ ਆਮ ਜਦ ਲੋਕਾਂ ਵਾਂਗੂ ਸੋਚਦੇ ਆਂ ਤਾਂ ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਕਿ ਸਾਡੇ ਸਵਾਲ ਤਾਂ ਹੁੰਦੇ ਨੇ ਪਰ ਉਹਨਾਂ ਦੇ ਜਵਾਬ ਨਹੀਂ ਛੇਤੀ-ਛੇਤੀ ਮਿਲਦੇ ਕਿਉਂਕਿ ਛੋਟੀਆਂ-ਛੋਟੀਆਂ ਚੀਜ਼ਾਂ ਤੇ ਲੋਕ ਜਾਣਦੇ ਨਹੀਂ ਹੈਗੇ ਉਹਨਾਂ ਹੀ ਛੋਟੀਆਂ-ਛੋਟੀਆਂ ਚੀਜ਼ਾਂ ਤੇ ਵੀ ਗੱਲ ਕਰਾਂਗੇ ਤੇ ਸਿਚੁਏਸ਼ਨ ਬਣੀ ਹੋਈ ਨਜ਼ਰ ਪੈਂਦੀ ਹੈਗੀ ਐਡਵੋਕੇਟ ਸਿਮਰਜੀਤ ਸਿੰਘ ਸਾਡੇ ਨਾਲ ਨੇਗੇ ਤੇ ਆ ਕਾਫੀ ਵਰਕ ਇਹਨਾਂ ਨੇ ਇਸ ਮਸਲੇ ਨੂੰ ਲੈ ਕੇ ਕਰਿਆ ਤੇ ਬਕਾਇਦਾ ਤੌਰ ਤੇ ਜਿੱਤ ਹਰ ਕਈ ਫਲੇਟ ਪੋਰਮਾਂ ਤੇ ਇਹਨਾਂ ਨੇ ਇਹਨੂੰ ਚੱਕਿਆ ਵੀ ਪਰ ਸ਼ਾਇਦ ਕਿਸੇ ਨੇ ਧਿਆਨ ਨਹੀਂ ਮਾਰਿਆ ਸਿਮਰਜੀਤ ਜੀ ਅੱਜ ਚਰਚਾ ਹੋ ਰਹੀ ਆ ਤੁਸੀਂ ਥੋੜਾ ਥੋੜਾ ਨੌਕ ਕਰਦੇ ਰਹੇ ਇਸ ਪੂਰੇ ਮਸਲੇ ਨੂੰ ਪਰ ਸ਼ਾਇਦ ਕਿਸੇ ਨੇ ਸੀਰੀਅਸਲੀ ਕਿਉਂ ਨਹੀਂ ਲਿਆ ਜੇ ਲਿਆ ਨਹੀਂ ਹੈਗਾ ਤੁਸੀਂ ਤਾਂ ਯਾਨੀ ਕਿ ਤੁਹਾਨੂੰ ਤਾਂ ਪਤਾ ਸੀ ਵੀ ਜੱਥੇਦਾਰ ਕੌਮ ਕੇ ਕੋਈ ਛੋਟੀ ਚੀਜ਼ ਨਹੀਂ ਕੌਮ ਦੇ ਜੱਥੇਦਾਰ ਉਹਨਾਂ ਨੂੰ ਲੈ ਕੇ ਕੋਈ ਗੱਲ ਹੀ ਨਹੀਂ ਹੋਈ ਹੈਗੀ ਜਿਵੇਂ ਬਿਲਕੁਲ ਆਮ ਜੇ ਕਿਹਾ ਜਾਵੇ ਬੰਦੇ ਦੇ ਵੀ ਚਲੋ ਫਿਰ ਵੀ ਕਿਤੇ ਰੌਲਾ ਪਿਆ ਜਾਂਦਾ ਪਰ ਉਹਨਾਂ ਨੂੰ ਲੈ ਕੇ ਕਿਸੇ ਨੇ ਵੀ ਨਹੀਂ ਰੌਲਾ ਪਾਇਆ ਕਦੇ ਦੇਖੋ ਮੈਂ ਬੀਇੰਗ ਹਿਊਮਨ ਰਾਈਟਸ ਐਕਟੀਵਿਸਟ ਕੰਮ ਕਰ ਰਿਹਾ ਹਾਂ ਸਾਡਾ ਤਕਰੀਬਨ ਮੈਂ ਕਈ ਪਲੇਟਫਾਰਮਸ 'ਤੇ ਕਿਹਾ ਹੈ ਕਿ 1984 ਦੇ ਵਿੱਚ ਦਿੱਲੀ ਦੇ ਵਿੱਚ ਜਿੱਥੇ ਹਾਈ ਕੋਰਟ ਵੀ ਹੈ ਸੁਪਰੀਮ ਕੋਰਟ ਵੀ ਹੈ ਰਾਸ਼ਟਰਪਤੀ ਵੀ ਹੈ ਔਰ ਪ੍ਰਾਈਮ ਮਿਨਿਸਟਰ ਹਾਊਸ ਵੀ ਹੈ 5000 ਸਿੱਖ ਦੀ ਲਾਈਵ ਵਾਰਨਿੰਗ ਜੂੰਦੇ ਫੁਕੇ ਗਏ ਨੇ ਕਿਸੇ ਸੁਪਰੀਮ ਕੋਰਟ ਕਿਸੇ ਹਾਈ ਕੋਰਟ ਦੇ ਵਿੱਚ ਜ਼ਰੂਰਤ ਨਹੀਂ ਪਈ ਸੋ ਵੋਟੋ ਲੈਣ ਦੀ 12 13 ਕਾਂਗਰਸੀ ਸਟੇਟਸ ਦੇ ਵਿੱਚ ਸਿੱਖਾਂ ਨੂੰ ਜਿਵੇਂ 나ਜ਼ੀਆਂ ਨੂੰ ਗੈਸ ਚੈਂਬਰਸ ਜਿਉਂਦੇ ਫੁਕਿਆ ਐਵੇਂ ਸਿੱਖਾਂ ਦੀ ਕਿਲਿੰਗਸ ਹੋਈ ਐ ਕੁਛ ਨਹੀਂ ਹੋਇਆ ਤੇ ਇਹ ਵੀ ਮੈਂ ਨੰਬਰ ਆਫ ਪਲੇਟਫਾਰਮਸ ਤੇ ਗੱਲ ਕਰਦਾ ਹਾਂ ਕਿ ਸਾਡੇ ਦੋ ਮੈਂਬਰ ਪਾਰਲੀਮੈਂਟ ਇੱਕ ਮੈਂਬਰ ਪਾਰਲੀਮੈਂਟ ਸੀ ਖੁੜੀਆ ਸਾਹਿਬ ਜਿਨ੍ਹਾਂ ਦਾ ਬੇਟਾ ਹੁਣ ਮੌਜੂਦਾ ਸਰਕਾਰ ਚ ਵਜ਼ੀਰ ਵੀ ਹੈ ਬੀਬੀ ਬਿਮਲਕੌਰ ਖਾਲਸਾ ਜਿਹੜੀ ਸ਼ਿਪਾਈ ਬੈਂ ਸਿੰਘ ਉਹਨਾਂ ਦੇ ਵਾਈਫ ਸੀ ਤੇ ਇੱਕ ਮੈਂਬਰ ਪਾਰਲੀਮੈਂਟ ਬੀਬੀ ਬਲਾਰਾ ਰਹੇ ਨੇ ਉਹਨਾਂ ਦੇ ਹਸਬੰਦ ਇਹਨਾਂ ਦੀ ਗਲੇਂਗ ਸਟੇਟ এজੰਸੀਜ਼ ਨੇ ਕੀਤੀ ਹੈ ਅਜ ਤੱਕ ਕੋਈ ਅਫੇਅਰ ਨਹੀਂ ਹੈਗਾ ਕੋਈ ਪਰਚਾ ਨਹੀਂ ਹੈਗਾ ਐਵੇਂ ਮੈਂ ਕਹਿਆ ਕਿ ਸਾਡੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਿਹੜੀ ਸੁਪਰੀਮ ਇੰਸਟੀਟਿਊਸ਼ਨ ਹੈ ਸਾਡੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਇਹਨਾਂ ਨੇ ਸ਼ਹੀਦ ਕੀਤਾ ਹੈ ਦਿੱਲੀ ਵਾਲਿਆਂ ਨੇ এজੰਸੀਜ਼ ਨੇ ਪਰ ਨਾਤਾ ਇਸ ਤੱਕ ਫੇਅਰਡਰਸ ਹੋਈ ਹੈ ਹੁਣ ਦੇਖੋ ਕਿ ਜੇ 크੍ਰਿਸਚIANS ਦੇ ਪੌਪ ਦਾ ਫੇਕ ਇਨਕਾਉਂਟਰ ਹੋ ਜਾਏ ਤਿੱਕੀ ਦੁਨੀਆ ਦੇ ਵਿੱਚ ਕਿਸ ਕਿਸਮ ਦਾ 크੍ਰਿਸਚIANS ਦਾ ਰਿਐਕਸ਼ਨ ਹੋਣਾ ਚਾਹੀਦਾ ਹੈ ਜੇ ਕੋਈ ਅੱਜ ਹਿੰਦੂਆਂ ਦੀ ਕਿਸੇ ਮੱਠ ਦਾ ਸ਼ੰਕਰਚਾਰੀਏ ਨੂੰ ਇੰਡੀਅਨ ਸਟੇਟ ਫੇਕ ਇਨਕਾਉਂਟਰ ਸਮਾਰ ਦਿੰਦੀ ਹੈ ਤੇ ਹਿੰਦੂਆਂ ਦਾ ਰਿਐਕਸ਼ਨ ਕੀ ਹੋਊਗਾ ਸੋ ਜੇ ਮੱਕੇ ਦੇ ਕਿਸੇ ਰਿਲੀਜੀਅਸ ਲੀਡਰ ਦਾ ਫੇਕ ਇਨਕਾਉਂਟਰ ਹੋ ਜਨਦਾ ਸੇਮ ਸਿਚੁਏਸ਼ਨ ਸਾਡੀ ਹੈਗੀ ਹੈ ਸਾਡੇ ਕਲਤਕ ਸਾਬ ਦੇ ਜਥੇਦਾਰ ਭਾਈ ਗਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕਰ ਦਿੱਤਾ ਗਿਆ ਨਾਤੇ ਇਥੋਂ ਦੀਆਂ ਪੰਜਾਬ ਦੀਆਂ ਜਿਹੜੀਆਂ ਸਰਕਾਰਾਂ ਨੇ 99 ਤੋਂ ਬਾਅਦ ਕਾਂਗਰਸ ਵੀ ਆਈ ਹੈ ਅਕਾਲੀ ਵੀ ਆਏ ਨੇ ਇਹ ਆਪ ਵਾਲੇ ਵੀ ਆਏ ਨੇ ਕਿਸੇ ਨੇ ਟਿਲ ਡੇਟਰ ਤੇ ਕੋਈ ਐਕਸ਼ਨ ਨਹੀਂ ਕੀਤਾ ਜਿਤੋਂ ਕਿ ਇਸ ਕੇਸ ਦੇ ਵਿੱਚ ਤੁਹਾਨੂੰ ਦੱਸ ਦਿੰਨਾ ਹੈ ਕਿ ਇਹ 25 ਦਸੰਬਰ ਨੂੰ ਕੀ ਦਸੰਬਰ ਸਿੱਖਾਂ ਤੇ ਆਲਰੇਡੀ ਬੜਾ ਜਦੋਂ ਆਉਂਦਾ ਹੈ ਤੇ ਸਾਨੂੰ ਪਤਾ ਹੈ ਕਿ ਸਾਡਾ ਸ਼ਹਾਦਤਾਂ ਦਾ ਦੌਰ ਚੱਲ ਰਿਹਾ ਹੈ ਤੇ 25 ਦਸੰਬਰ ਨੂੰ ਕੌਂਕੇ ਸਾਹਿਬ ਨੂੰ ਘਰ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਅਰੈਸਟ ਕਰਨ ਆਉਂਦੀ ਹੈ ਜਿੱਥੋਂ ਉਹ ਸੰਗਤ ਦੇ ਨਾਲ 200 ਬੰਦੇ ਦੇ ਨਾਲ ਆਪਦੇ ਘਰੇ ਆ ਕੇ ਕਹਿੰਦਾ ਕਿ ਮੈਂ ਪ੍ਰਸ਼ਾਦਾ ਸ਼ੱਕ ਕੇ ਤੁਹਾਡੇ ਨਾਲ ਚੱਲਾਂਗਾ ਉਸ ਤੋਂ ਬਾਅਦ ਉਹ ਮੁੜ ਕੇ ਨਹੀਂ ਆਏ ਉਹਨਾਂ ਨੂੰ 3rd ਡਿਗਰੀ ਟੌਰਚਰ ਕੀਤਾ ਟੌਰਚਰ ਕਰਨ ਉਹਨਾਂ ਦੀ ਕਲੇਨ ਕਰਨ ਤੋਂ ਬਾਅਦੇ ਉੱਥੇ ਸਿੱਧਵਾ ਵੇਟ ਲੱਗਦਾ ਹੈ ਲੱਗ ਕੇ ਇੱਕ ਥਾਣਾ ਹੈ ਉਸ ਥਾਣੇ ਦੇ ਵਿੱਚ ਉਹਨੂੰ ਕਟ ਛੋਟੇ ਛੋਟੇ ਪੀਸਸ ਦੇ ਵਿੱਚ ਕਟਿਆ ਗਿਆ ਹੈ ਕਿ ਚੀਜ਼ਾਂ ਹੋਈਆਂ ਨੇ ਫੈਕਟਰੀ ਦੇ ਵਿੱਚ ਹਾਂਜੀ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਉਹ ਪੀਸਸ ਨੇ ਉਹਨਾਂ ਦੇ ਡੈੱਡ ਬੋਡੀ ਦੇ ਉਹਨਾਂ ਨੂੰ ਇਹਨਾਂ ਨੇ ਰੋੜ ਦਿੱਤਾ ਕਿ ਕੀ ਗੱਲ ਮੈਨੂੰ ਅੱਜ ਹੀ ਮੇਰੇ ਇੱਕ ਬੜੇ ਪ੍ਰੋਮਿਨੈਂਟ ਰੈਕਟਰ ਵੀ ਨੇ ਬੜੇ ਸਿੱਖ ਐਕਟਿਵਿਸਟ ਨੇ ਕਮਨ ਸਾਹਿਬ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਦਾ ਪਿੰਡ ਬਿਲਕੁਲ ਨਾਲ ਹੈ ਕਿਉਂਕਿ ਜਿਸ ਦਿਨ ਇਹਨਾਂ ਨੇ ਉਹਨਾਂ ਨੂੰ ਕੱਟ ਪੀਸਸ ਕੀਤਾ ਹੈ ਅਗਲੇ ਦਿਨ ਪਿੰਡ ਦੀ ਜਿਹੜੀ ਸਫਾਈ ਵਾਲੀ ਔਰਤ ਸੀ ਗਈ ਉਹਨੇ ਦੇਖਿਆ ਕਿ ਉਸ ਕਮਰੇ ਦੇ ਵਿੱਚ ਖੂਨੀ ਖੂਨ ਹੈ ਇਹ ਕਾਰਨ ਹੈ ਕਿ ਅੱਜ ਵੀ ਸਦਮਾ ਵੇਟ ਦੇ ਵਿੱਚ ਕਹਿੰਦੇ ਤੁਸੀਂ ਪਤਾ ਕਰ ਲੋ ਉਸ ਕਮਰੇ ਦੇ ਵਿੱਚ ਅੱਜ ਵੀ ਥਾਣੇ 'ਚ ਕੋਈ ਸੌਂਦਾ ਨਹੀਂ ਹੈਗਾ ਅੱਛਾ ਤੇ ਇਹ ਜਿਹੜੀ ਕਿਲਿੰਗ ਹੈ ਸਿੰਘ ਸਾਹਿਬ ਕੋਂਕੇ ਹੁਣਾ ਦੀ ਬੜੀ ਬਰੂਟਲ ਕਿਲਿੰਗ ਹੈ ਤੇ ਇਹਦੇ ਵਿੱਚ ਮੈਨੂੰ ਜਿਹੜਾ ਕਾਰਨ ਪਤਾ ਚੱਲਿਆ ਹੈ ਉਹ ਕਹਨ ਸੀ ਕਿ ਉੱਥੇ ਜਿਹੜਾ ਐਸਐਸਪੀ ਸੀ ਦ ਸਵਨ ਸਿੰਘ ਕੋਟਨਾ ਐ ਐਸਐਸਪੀ ਸਵਨ ਸਿੰਘ ਕੋਟਨੇ ਦੇ ਇੱਕ ਬੜਾ ਰਾਈਟ ਹੈਂਡ ਬੰਦਾ ਸੀ ਪੁਲਿਸ ਵਿੱਚ ਪੁਲਿਸ ਅਫਸਰ ਸੀ ਦਰਸ਼ਨ ਸਿੰਘ ਡੇਲੋ ਜਿਹੜਾ ਕਿ ਬੜਾ ਜ਼ਾਲਮ ਮੰਨਿਆ ਜਾਂਦਾ ਸੀ ਉਹਦੇ ਉੱਪਰ ਉਦੋਂ ਖਾੜਕੂ ਸੰਘਰਸ਼ ਦੇ ਵਿੱਚ ਇਹ ਸੀ ਕਿ ਇਹ ਬੜਾ ਜ਼ਾਲਮ ਅਫਸਰ ਹੈ ਤੇ ਇੱਤੇ ਅਟੈਕ ਕੀਤਾ ਜਾਇਆ ਜਿਹੜੀ ਕਿ ਉਹ ਨੇੜਤਾ ਸੀ ਸੀਨੀਅਰ ਪੁਲਿਸ ਅਫੀਸਰ ਦਾ ਮਤਲਬ ਉਹ ਸਵਨ ਸਿੰਘ ਕੋਟਨਾ ਜਿਹਨੂੰ ਕਿ ਬਹੁਤ ਜ਼ਾਲਮ ਪੁਲਸ ਅਫਸਰ ਮੰਨਿਆ ਗਿਆ ਹੈ ਸਿੱਖਾਂ ਨੂੰ ਪਤਾ ਕਿ ਉਹਨੇ ਬਹੁਤ ਜ਼ੁਲਮ ਕੀਤੇ ਨੇ ਉਹਦਾ ਰਾਈਟ ਹੈਂਡ ਸੀ ਜਦੋਂ ਉਰਤੀ ਖਾੜਕੂ ਨੇ ਅਟੈਕ ਕੀਤਾ ਤੇ ਉਹ ਅਟੈਕ ਮਿਸ ਹੋ ਜਾਂਦਾ ਹੈ ਉਸ ਗੱਡੀ 'ਚ ਉਸ ਦਿਨ ਆਉਂਦਾਂ ਨਹੀਂ ਕੋਈ ਹੋਰ ਹੁੰਦਾ ਜਦੋਂ ਉਸ ਕੇਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਫੜਫੜਾਈ ਹੁੰਦੀ ਹੈ ਪਤਾ ਲੱਗਦਾ ਹੈ ਵੀ ਉਹ ਜਿਹੜੇ ਖਾੜਕੂ ਪੁਲਿਸ ਦੀ ਯੂਨੀਫਾਰਮ ਚਾਹੀ ਸੀ ਉਹਨਾਂ ਨੇ ਇਹ ਜਿਹੜੀ ਯੂਨੀਫਾਰਮ ਹੈ ਕੌਂਕੇ ਪਿੰਡ ਦੇ ਇੱਕ ਟੇਲਰ ਕੋਲ ਸਟਿਚ ਕਰਾਈਆਂ ਨੇ ਇਹ ਇਨਵੈਸਟੀਗੇਸ਼ਨ ਚ ਪਤਾ ਲੱਗਦਾ ਪੁਲਿਸ ਨੂੰ ਕਿ ਪੁਲਿਸ ਇਨਵੈਸਟੀਗੇਸ਼ਨਸ ਤੇ ਟਿਲ ਡੇਟ ਕੋਈ ਐਫਆਰ ਨਹੀਂ ਹੈਗੀ ਕੁਝ ਦਰਜ ਨਹੀਂ ਕੀਤਾ ਇਹ ਆਫ ਦਾ ਰਿਕਾਰਡ ਜਿਹੜੇ ਇਲਾਕੇ ਦੇ ਮੋਤਵਾਰ ਬੰਦੇ ਨੇ ਉਹਨਾਂ ਕੋਲ ਪਤਾ ਲੱਗਿਆ ਉਹ ਜਦੋਂ ਇਹ ਗੱਲ ਸਵਰਨ ਸਿੰਘ ਘੋਟਰੇ ਨੂੰ ਪਤਾ ਲੱਗਦੀ ਹੈ ਤਾਂ ਉਹਨਾਂ ਦੇ ਮਨ ਚ ਜਾਂਦਾ ਹੈ ਕਿ ਇਹ ਜਿਹੜੀ ਦਰਸ਼ਨ ਡੇਲੋਂ ਦੇ ਮਗਰ ਜਿਹੜਾ ਵਾ ਸ਼ਾਇਦ ਇਹ ਸਾਰਾ ਅਟੈਕ ਤੇ ਪਿੱਛੇ ਜਿਹੜਾ ਹੱਥ ਹੈ ਭਾਈ ਗੁਰਦੀਪ ਸਿੰਘ ਕੌਂਕੇ ਹੋਣਾ ਤਾਂ ਇਹ ਉਹਨਾਂ ਨੂੰ ਟਾਰਗੇਟ ਕਰ ਲੈਂਦੇ ਨੇ ਉਸ ਦਿਨ ਫਿਰ ਮੈਨੂੰ ਉਹ ਇਲਾਕੇ ਦੇ ਬੰਦਿਆਂ ਨੇ ਦੱਸਿਆ ਕਿ 20 ਦਸੰਬਰ ਨੂੰ ਜਦੋਂ ਫੜ ਕੇ ਲੈ ਕੇ ਜਾਂਦੇ ਨੇ ਤੇ ਉਦੋਂ ਸਾਰੀਆਂ ਰੋਡਸ ਮੋਗਾ ਤੇ 올 ਰੋਡਸ ਬਲੌਕ ਕਰ ਦਿੰਦੇ ਨੇ ਕਿਉਂਕਿ ਪਪੂਲਰ ਬਹੁਤ ਸਿਪਾਈ ਗੁਰਦੇਵ ਸਿੰਘ ਕੌਕੇ ਹੋਣੀ ਮੈਂ ਇਹੀ ਥੋੜਾ ਜਿਹਾ ਤੁਸੀਂ ਦੱਸਿਓ ਕਿਉਂਕਿ ਤੁਸੀਂ ਸ਼ੁਰੂਆਤ ਕਰੀ ਹੈ ਕਿ ਇਹ ਠੀਕ ਹੈ ਸਾਰੇ ਅੱਜ ਜਥੇਦਾਰ ਸਾਹਿਬ ਨੇ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਬਰੂਚਲੀ ਹੁਕਰਿਆ ਉਹਨਾਂ ਦੀ ਆਪਦੀ ਛਵੀ ਕੀ ਸੀ ਹੈ ਜਿਹੀ ਹੀ ਉਹਨਾਂ ਦੀ ਸ਼ਖਸੀਅਤ ਕੀ ਸੀ ਜਿਹਦੇ ਤੌਰ ਤੇ ਜੇ ਦੇਖਿਆ ਜਾਵੇ ਏਡੇ ਵੱਡੇ ਤੌਰ ਤੇ ਉਹਨਾਂ ਨੂੰ ਉਦੋਂ ਟਾਰਗੇਟ ਕੀਤਾ ਗਿਆ ਦੇਖੋ ਜਦੋਂ 1986 ਦਾ ਅਟੈਕ ਹੋਇਆ ਉਸ ਤੋਂ ਬਾਅਦ ਸਰਬਤ ਖਾਲਸਾ ਹੋਇਆ ਅੰਮ੍ਰਿਤਸਰ ਵਿੱਚ ਸਰਬਤ ਖਾਲਸੇ ਨੇ ਸੰਜਨ ਹਰ ਸਿੰਘ ਪੰਡਰਾਵਾਲਿਆਂ ਦੇ ਜਿਹੜੇ ਭਤੀਜੇ ਸਿਪਾਈ ਜਸਵੀਰ ਸਿੰਘ ਰੋਡੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਤਾ ਸੀ ਜਦੋਂ ਉਹ ਜੇਲ੍ਹ ਚ ਚਲੇ ਗਏ ਤੇ ਫਿਰ ਉਹਨਾਂ ਨੂੰ ਐਕਟਿੰਗ ਜਥੇਦਾਰ ਦੇ ਤੌਰ ਤੇ ਭਾਈ ਗਰਦੇਵ ਸਿੰਘ ਕੋਂਕੇ ਉਹਨਾਂ ਨੂੰ ਇਹ ਲੈ ਕੇ ਆਏ ਨੀ ਇਹਨਾਂ ਨੂੰ ਜ਼ਿੰਮੇਵਾਰੀ ਹਾਂ ਜੀ ਭਾਈ ਗਰਦੇਵ ਸਿੰਘ ਕੋਂਕੇ ਸੰਜਨੈਲ ਸਿੰਘ ਪਿੰਡਰਾਂ ਵਾਲੇ ਤੋਂ ਬਾਅਦ ਇਹ ਦੂਸਰੇ ਵੱਡੇ ਲੀਡਰ ਸੀ ਜਿਨ੍ਹਾਂ ਦੇ ਵਿੱਚ ਪੰਥਕ ਸੋਚ ਸੀ ਪੰਥਕ ਰਹਿਣੀ ਤੇ ਬਹਿਣੀ ਪੰਥਕ ਸੀ ਔਰ ਲੋਕਾਂ ਦੇ ਵਿੱਚ ਉਹ ਖਿੱਚ ਸੀ ਸੰਤਵਾਕ ਉਹ ਪੁਲਿਸ ਨੇ ਦੇਖਿਆ ਕਿ ਜੀ ਇਹ ਕਿਉਂਕਿ ਹਥਿਆਰਬੰਦ ਸੰਘਰਸ਼ ਦੇ ਵੀ ਹਮੈਤੀ ਨੇ ਖਾਕੂਆਂ ਦੇ ਨੇੜੇ ਨੇ ਇਹਨਾਂ ਨੂੰ ਚੱਕ ਕੇ ਉਹਨਾਂ ਨੇ ਥਾਣੇ 'ਚ ਬੰਦ ਕਰ ਦਿੱਤਾ। ਉਸ ਤੋਂ ਬਾਅਦ ਜਦੋਂ 1990 'ਚ ਰਿਲੀਜ਼ ਕੀਤਾ ਤੇ ਇਹ ਆਪ ਦੇ ਕੌਂਕੇਪੈਂਟ ਚਲੇ ਜਾਂਦੇ ਨੇ। ਉਥੇ ਵੀ ਇਹਨਾਂ ਦੀ ਇੰਨੀ ਪਪੂਲਾਰਿਟੀ ਸੀ ਕਿ ਲੋਕ ਆਪ ਦੇ ਫੈਸਲੇ ਕਰਾਉਣ ਦੂਰੋਂ ਦੂਰੋਂ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਜ਼ਥੇਦਾਰ ਸਾਬ ਸਨ ਉਹਨਾਂ ਕੋਲ ਆਉਂਦੇ ਸੀ। ਔਰ ਉਹਨਾਂ ਦੇ ਜਿਹੜੇ ਕੀਤੇ ਹੋਏ ਫੈਸਲੇ ਸਾਰੇ ਆ ਤੇਰਾ ਨੂੰ ਸਰਪਰਮਾਨਿਤ ਹੁੰਦੇ ਸੀ। ਇਹ ਲੋਕਾਂ ਦੇ ਵਿੱਚ ਬਹੁਤ ਇੱਜ਼ਤ ਵਾਲੇ ਬੰਦੇ ਸੀ। ਉਹੀ ਕਾਰਨ ਹੈਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਕਾਰਨ ਸੀ ਇਹਨਾਂ ਨੇ ਕਿ ਜਿਹੜੀ ਸਿੱਖ ਵਾਇਸ ਹੈ ਉਹਨੂੰ ਮਜ਼ਲ ਕਰਨ ਲਈ ਉਹਨੂੰ ਸਨਬ ਕਰਨ ਲਈ ਇਹ ਜਿਹੜਾ ਵਾ ਐਟਾ ਵਟਾ ਐਨੀ ਜ਼ਰੂਰਤ ਕੀਤੀ ਹੈ ਕਿ ਨਹੀਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੱਥ ਪਾਉਣ ਤੋਂ ਪਹਿਲੇ 100 ਵਾਰ ਸੋਚਿਆ ਜਾਂਦਾ ਹੈ ਬਿਲਕੁਲ ਤੇ ਇਹਦੇ ਵਿੱਚ ਹੁਣ ਕਾਨੂੰਨੀ ਬੀਇੰਗ ਲਾਇਰ ਮੈਂ ਨੰਬਰ ਆਫ ਕੇਸਸ ਕੀਤੇ ਨੇ ਮਤਲਬ NDPS ਦੀ ਕਿਸਾਨ ਚ ਜਿਵੇਂ ਇੱਕ ਸੇਮ ਸਟੋਰੀ ਹੁੰਦੀ ਹੈ ਨਾ ਕਿ ਮੈਂ ਮੋਟਰਸਾਈਕਲ ਤੇ ਬੰਦਾ ਆ ਰਿਹਾ ਸੀ ਤੇ ਅਸੀਂ ਨਾਕਾ ਲਾਇਆ ਹੋਇਆ ਸੀ ਮੋੜ ਤੇ ਸਾਨੂੰ ਦੇਖ ਕੇ ਮੋਟਰਸਾਈਕਲ ਮਾਡਰਨ ਲੱਗਿਆ ਤੇ ਉਹਨੇ ਜਿਹੜਾ ਨਸ਼ੇ ਵਾਲੇ ਕੈਪਸੂਲਾਂ ਵਾਲਾ ਲਫਾਫਾ ਹੈ ਮੋਟਰਸਾਈਕਲ ਦੇ ਹੈਂਡਲ ਨਾਲ ਟੰਗਿਆ ਸੀ ਤੇ ਅਸੀਂ ਉਹ ਫੜ ਲਿਆ ਤੁਸੀਂ NDPS ਦੀਆਂ ਜਿੰਨੀਆਂ ਐਫਆਈਆਰਸ ਕੱਢੋਗੇ ਸਾਰਿਆਂ ਦੇ ਵਿੱਚ ਤੁਹਾਨੂੰ ਸੇਮ ਸਟੋਰੀ ਹੋਊਗੀ ਤੇ ਜਦੋਂ ਤੁਸੀਂ ਖੜਗਵਾਦ ਵਾਲੇ ਕੇਸ ਕੱਢੋਗੇ ਜਿਹੜੇ ਇਹ ਸਿਆਸੀ ਤੋਂ ਬੰਮੇ ਦੇ ਦਾ ਹੱਕੇ ਦੇ ਕੇਸ ਨੇ ਉਹਨਾਂ ਦੇ ਵਿੱਚ ਵੀ ਸੇਮ ਸਟੋਰੀ ਹੁੰਦੀ ਹੈ ਕਿਉਂਕਿ ਮੈਂ ਵੀ ਕਈ ਕੇਸ ਕੀਤੇ ਨੇ ਸੋ ਸਾਰਿਆਂ ਚ ਤਕਰੀਬਨ ਸੇਮ ਸੀ ਦੇਖੋ ਅ ਸ਼ਹੀਦ ਪਗਤ ਸਿੰਘ ਦਾ ਭਾਂਜਾ ਸੀ ਸਰਪੰਚ ਟੱਟ ਸਾਹਿਬ ਸ਼ਹਿਰਪੁਰ ਤੋਂ ਉਹਦੀ ਜਦੋਂ ਝੂਠੇ ਪੁਲਿਸ ਮੁਕਾਬਲੇ ਚ ਕਿਲਿੰਗ ਕੀਤੀ ਹੈ ਉਹਦੇ ਵਿੱਚ ਵੀ ਇਹ ਸਟੋਰੀ ਹੈ ਕਿ ਅਸੀਂ ਇਹਨੂੰ ਹਥਿਆਰਾਂ ਦੀ ਰਿਕਵਰੀ ਵੀ ਲੈ ਕੇ ਜਾ ਰਹੇ ਸੀ ਤੇ ਰਸਤੇ ਚ ਫਾਇਰਿੰਗ ਹੋਈ ਇਹਨੂੰ ਸ਼ਰੋਨ ਲਈ ਉਸ ਫਾਇਰਿੰਗ ਦੇ ਵਿੱਚ ਭੱਜ ਗਿਆ ਇਵੇਂ ਮੈਂ ਗਰਦਾਸਪੁਰ ਦੇ ਵਿੱਚ ਇੱਕ ਫਾਊਂਡੇਸ਼ਨ ਦੇ ਲੀਡਰ ਹੁੰਦੇ ਸੀ ਸਰਵਨ ਸਿੰਘ ਲਾਧੂਪੁਰ ਉਹਨਾਂ ਨੇ ਇਲੈਕਸ਼ਨ ਵੀ ਕੰਟੈਸਟ ਕੀਤੀ ਹੈ ਉਹਦੇ ਟ੍ਰਾਇਲ 'ਚ ਵੀ ਸੇਮ ਸਟੋਰੀ ਹੈ ਕਿ ਅਸੀਂ ਇਹਤ ਕੋ ਥਿਆਰਾਂ ਦੀ ਰਿਕਵਰੀ ਲਈ ਲੈ ਜਾ ਰਹੇ ਸੀ ਤੇ ਇਹਦੇ ਸਾਥੀਆਂ ਨੇ ਇੱਥੇ ਛਡੌਨ ਲਈ ਅਟੈਕ ਕਰ ਦਿੱਤਾ ਤੇ ਉਹਦੇ ਵਿੱਚ ਭੱਜ ਗਿਆ ਸੇਮ ਸਟੋਰੀ ਪਾਈ ਗਰਦੀਪ ਸਿੰਘ ਕੌਂਕੇ ਹੋਣਾਂ ਦੇ ਕੇਸ ਵਿੱਚ ਵੀ ਹੈ ਹਾਂ ਕਿ ਅਸੀਂ ਇਹਨਾਂ ਦੀ ਥਿਆਰਾਂ ਦੀ ਰਿਕਵਰੀ ਕਰਨ ਜਾ ਰਹੇ ਸੀ ਰਸਤੇ ਵਿੱਚ ਕ੍ਰਾਸ ਫਾਇਰਿੰਗ ਹੋਈ ਹੈ ਤੇ ਭੱਜ ਗਿਆ ਉਨ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਭਾਈ ਗਰਦੇਵ ਸਿੰਘ ਕੌਂਕੇ ਸਿੱਖਾਂ ਦੇ ਧਾਰਮਿਕ ਆਗੂ ਸੀ ਸਾਡੇ ਤਕਸਾਬ ਦੇ ਜਥੇਦਾਰ ਸੀ ਇਸ ਘਟਨਾ ਤੋਂ ਪਹਿਲੇ 20 ਦਸੰਬਰ 1992 ਤੋਂ ਪਹਿਲੇ ਨਾ ਤੇ ਉਹਨਾਂ ਦੇ ਖਿਲਾਫ ਕੋਈ ਕ੍ਰਿਮਿਨਲ ਪਰਚਾ ਹੈਗਾ ਨਾ ਕਿਸੇ ਪਰਚੇ ਦੇ ਵਿੱਚ ਵਾਂਟਡ ਹੈਗੇ ਨਹੀਂ ਤੇ ਇਹ ਜਿਹੜਾ ਸਾਰਾ ਕੁਝ ਰਿਕਾਰਡ ਹੈ ਉਹਨਾਂ ਦੀ ਕਲਿੰਗ ਕਰਨ ਤੋਂ ਬਾਅਦ ਇਹ ਉਹਨਾਂ ਨੂੰ ਨਰਜ਼ਾਇਜ਼ ਝੂਠੇ ਪੁਲਸ ਮੁਕਾਬਲੇ 'ਚ ਮਾਰਨ ਤੋਂ ਬਾਅਦ ਇਹ ਸਾਰੀਆਂ ਸਟੋਰੀਆਂ ਕੇਸਾਂ ਦੇ ਵਿੱਚ ਜ਼ਿੰਮਣੀਆਂ ਪਾ ਕੇ ਕਿਉਂਕਿ ਬੀਇੰਗ ਲਾਇਰ ਮੈਨੂੰ ਪਤਾ ਹੈ ਕਿ ਬਹੁਤ ਈਆਂ ਜਿਹੜੀਆਂ ਇਸ ਸੀਰੀਅਰ ਹੁੰਦੀਆਂ ਨੇ ਕੇਸ ਡੈਰੀਜ਼ ਹੁੰਦੀਆਂ ਨੇ ਇਹ ਮਿਸਿੰਗ ਹੁੰਦੀਆਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਉਹ ਜਿਹੜੀਆਂ ਇਹਨਾਂ ਦੀਆਂ ਰਾਈਟਿੰਗਸ ਨੇ ਉਹ ਕਿੰਨੇ ਵਜ੍ਹ ਕੇ ਕਿੰਨੇ ਮਿੰਟ ਤੇ ਲਾਕਮ ਮੈਜਿਸਟ੍ਰੇਟ ਕੋਲੇ ਗਈਆਂ ਨਹੀਂ ਅਜੇ ਤੱਕ ਤੋਂ ਜਿਹੜੀਆਂ ਪਰਤਾਂ ਖੁੱਲੀਆਂ ਨਹੀਂ ਹੈਗੀਆਂ ਤੇ ਬੀਇੰਗ ਅ ਹਿਊਮੋਰਾਈਸਟ ਲਾਇਰ ਮੈਂ ਦੇਖਿਆ ਕਿ ਜਦੋਂ ਤੁਸੀਂ ਪੁਲਿਸ ਬੰਦੇ ਨੂੰ ਚੱਕਦੀ ਹੈ ਜਦੋਂ ਪੁਲਿਸ ਨੂੰ ਪਤਾ ਹੁੰਦਾ ਵੀ ਆਪਾਂ ਇਹਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਦੇ ਨੇ ਤੇ ਉਹ ਉਹਨੂੰ ਬਰੂਟਲ ਟੌਰਚਰ ਕਰਦੀ ਹੈ ਤੇ ਬੰਦਾ ਪੱਜੰਦੀ ਤੇ ਦੂਰ ਦੀ ਗੱਲ ਹੈ ਬੰਦਾ ਉੱਠ ਕੇ ਖੜਾ ਹੋਣ ਦੀ ਪੋਜੀਸ਼ਨ 'ਚ ਵੀ ਨਹੀਂ ਹੁੰਦਾ ਤੇ 1990 91 92 ਦੇ ਦੇ ਹਾਕੇ ਵਿੱਚ ਕੋਈ ਮੋਬਾਈਲ ਫੋਨ ਨਹੀਂ ਸੀ ਹੁੰਦੇ ਕਿ ਜਿਹੜਾ ਅੰਦਰ ਬੈਠੇ ਬੰਦੇ ਨੇ ਬਾਹਰ ਫੋਨ ਕਰਦਾ ਸੀ ਮੈਨੂੰ ਅੱਜ ਫਲਾਨੇ ਸ਼ਰਕ ਤੋਂ ਲੈ ਕੇ ਜਾਣ ਲੱਗੇ ਨੇ ਤੇ ਤੁਸੀਂ ਕਾਉਂਟਰ ਅਟੈਕ ਕਰ ਦਿਓ ਇਹ ਜਿਹੜੀਆਂ ਪੁਲਿਸ ਦੀਆਂ ਸਟੋਰੀਆਂ ਨੇ ਸਾਰੀਆਂ ਆਪ ਬਣਾਈਆਂ ਹੋਈਆਂ ਨੇ ਪੀ ਦਸਨ ਪੀ ਉੱਥੇ ਕਨੇ ਇਨਫੋਰਮ ਕੀਤਾ ਖੜਕੂਆਂ ਨੂੰ ਕਿ ਭਾਈ ਗੁਰਦੇਵ ਸਿੰਘ ਕੌਕੇ ਨੂੰ ਫਲਾਨੀ ਰੋਡ ਤੋਂ ਲੈ ਕੇ ਚੱਲੇ ਆ ਤੇ ਹੁਣ ਤੁਸੀਂ ਅਟੈਕ ਬੁਲਾ ਦਿਓ ਤੇ ਹੁਣ ਮੈਂ ਤੁਹਾਨੂੰ ਇੱਕ ਬੜੇ ਮੈਂ ਕਿਉਂਕਿ ਨੰਬਰ ਆਫ ਕੇਸਸ ਕੀਤੇ ਨੇ ਜਿਹੜੀ ਇੰਡੀਅਨ ਸੰਵਿਧਾਨ ਹੈ ਇਹਦੀ ਜਿਹੜੀ ਐਵੀਡੈਂਸ ਐਕਟ ਹੈ ਉਹਦਾ ਸੈਕਸ਼ਨ 108 ਕਹਿੰਦਾ ਹੈ ਕਿ ਜੇ ਅਕਿਊਜ਼ਡ ਬੰਦਾ ਜਿਹੜਾ ਵੀ ਕੋਈ ਹੈਗਾ ਹੈ ਹਨ ਉਹਦੀ ਡਿਊਟੀ ਹੈ ਇਹ ਪ੍ਰੂਫ ਕਰਨਾ ਹੈ ਕਿ ਜੇ 7 ਸਾਲ ਦੇ ਅੰਦਰ ਅੰਦਰ ਜਿਹਨੂੰ ਤੁਸੀਂ ਹਾਂ ਜੇ ਤੁਸੀਂ ਪ੍ਰੂਫ ਨਹੀਂ ਕਰਦੇ ਕਿ ਉਹ ਜੁੰਦਾ ਹੈਗਾ ਤੇ ਉਹਨੂੰ ਮਰਿਆ ਸਮਝਿਆ ਜਾਣਾ ਚਾਹੀਦਾ ਹੈ। ਸੋ ਇਹ ਇਸ ਸਰਕਾਰ ਦੀ ਡਿਊਟੀ ਹੈਗੀ ਹੈ ਕਿ ਅਜ ਤਾ ਕੌਂਕੇ ਸਾਹਿਬ ਦੇ ਜਿਹੜੇ ਕਤਲ ਹੋਏ ਨੂੰ 31 ਸਾਲ ਹੋ ਗਏ ਨੇ ਤੇ ਜਦੋਂ ਤੁਸੀਂ ਉਹਨੂੰ ਪ੍ਰੂਫ ਵੀ ਨਹੀਂ ਕਰ ਸਕਿਓ ਜੁੰਦਾ ਹੈਗਾ ਤੇ ਫਿਰ ਜਦੋਂ ਜਸਿਸ ਤੇ ਵਾੜੀ ਹੋਣ ਦੀ ਰਿਪੋਰਟ ਆ ਗਈ ਹੈ ਬਣਾ ਉਸ ਰਿਪੋਰਟ ਤੋਂ ਬਾਅਦ ਤੁਸੀਂ ਐਫਆਰ ਲਾਅਸ ਕਿਉਂ ਨਹੀਂ ਕੀਤੀ ਸੁਪਰੀਮ ਕੋਰਟ ਦੀਆਂ ਹੁਣ ਲੈਂਡਮਾਰਕ ਜਜਮੈਂਟਸ ਆ ਗਿਆ ਨੇ 2013 ਚ ਜਿਹੜੀਆਂ ਕਹਿੰਦੀਆਂ ਨੇ ਕਿ ਜਿੱਥੇ ਕਾਗਨੀਜ਼ੇਬਲ ਅਫੈਂਸ ਹੈਗਾ ਤਾਂ ਉਹਨੂੰ ਕੋਈ ਚਾਂਸ ਦੀ ਲੋੜ ਨਹੀਂ ਹੈਗੀ ਤੁਹਾਨੂੰ ਇਮੀਡੀਏਟਲੀ ਐਫਆਰ ਦਰਜ ਕਰਨੀ ਚਾਹੀਦੀ ਹੈ ਇਹ ਜਿਹੜਾ ਸਾਰਾ ਮਸਲਾ ਹੈ ਇਹਦੇ ਵਿੱਚ ਬੈਕਗ੍ਰਾਉਂਡ ਤੁਹਾਨੂੰ ਲਿਜਾਣਾ ਚਾਹੁੰਦਾ ਹੈ ਕਿ ਇਹ 1998 ਦੇ ਵਿੱਚ ਚੀਫ ਮਿਨਿਸਟਰ ਨੂੰ ਜਿਹੜਾ ਚੰਡੀਗੜ੍ਹ ਦੇ ਜਿਹੜੇ ਨਾਮਵਰ ਸਿੱਖ ਨੇ ਜਿਨ੍ਹਾਂ ਸਰਦਾਰ ਗੁਰਤੇਜ ਸਿੰਘ ਆਈਐਸ ਤੇ ਹੋਰ ਜਿਨ੍ਹਾਂ ਚੰਡੀਗੜ੍ਹ ਦੇ ਰੋਸ਼ਨ ਦਿਮਾਗ ਸਿੱਖ ਨੇ ਉਹਨਾਂ ਨੇ ਜਦੋਂ ਅਕਾਲੀ ਗਵਰਨਮੈਂਟ ਬਣੀ ਹੈ ਸਰਦਾਰ ਬਾਦਲ ਨੂੰ ਉਹਨਾਂ ਨੇ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਕਿ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਸਾਡੇ ਜਥੇਦਾਰ ਨੇ ਉਹਨਾਂ ਦਾ ਪੁਲਿਸ ਕਸਟਡੀ ਦੇ ਵਿੱਚ ਫੇਕ ਇੰਕਾਉਂਟਰ ਹੋਇਆ ਹੈ ਸੀਐਮ ਨੇ ਉਹਦੀ ਜਾਂਚ ਮਾਰ ਕਰ ਦਿੱਤੀ ਹੈ ਜਿਹੜੇ ਆਫੀਸਰ ਤਵਾੜੀ ਸਾਹਿਬ ਸੀ ਏਡੀਜੀਪੀ ਡੀਪੀ ਤਵਾੜੀ ਉਹਨਾਂ ਨੂੰ ਉਹਨਾਂ ਨੇ ਕਿਆ ਕਿ ਫੇਟਿੰਗ 3 ਮੰਥਸ ਦੀ ਰਿਪੋਰਟ ਆਉਣੀ ਚਾਹੀਦੀ ਹੈ ਟਾਈਮ ਬਾਉਂਡ ਕਰੋ ਤੇ ਵਾੜੀ ਸਾਹਿਬ ਨੇ ਆਲ ਫੈਕਟਸ ਕੱਟ ਕੇ ਦੱਸਤਾ ਕਿ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਚ ਮਾਰਿਆ ਜਾ ਚੁੱਕਿਆ ਹੈ ਫਿਰ ਜਿਹੜੀ ਹੈ ਸਰਕਾਰ ਹੈ ਉਰਤੇ ਪ੍ਰੈਸ਼ਰ ਬਣ ਜਾਂਦਾ ਹੈ ਪੁਲਿਸ ਵਾਲਿਆਂ ਦਾ ਉਦੋਂ ਜਿਹੜਾ ਡੀਜੀਪੀ ਸਰਬਜੀਤ ਸਿੰਘ ਸੀ ਉਹ ਰਿਪੋਰਟ ਤੋਂ ਬਾਅਦ ਰਿਪੋਰਟ ਨੂੰ ਡਿਵੀਏਟ ਕਰਨ ਲਈ ਇੱਕ ਨਵੀਂ ਕਮੇਟੀ ਬਣਾ ਦਿੰਦਾ ਹੈ ਇਹ ਰਿਪੋਰਟ ਆਉਣ ਤੋਂ ਬਾਅਦ ਉਸ ਕਮੇਟੀ ਦੇ ਚੱਲਦੇ-ਚੱਲਦੇ ਇੱਕ ਫਿਰ ਥਰਡ ਇੱਕ ਪੁਲਿਸ ਅਫਸਰ ਸੀ ਜੇਪੀ ਵਿਰਦੀ ਡੀਆਈਸੀ ਤੀਜੀ ਕਮੇਟੀ ਉਹਦੀ ਗਵਾਈ ਚ ਬਣ ਜਾਂਦੀ ਹੈ ਇੱਕ ਹੋਰ ਬਣ ਜਾਂਦੀ ਹੈ ਹਾਂ ਕਿਉਂਕਿ ਇਹ ਮੋਡਸਪਰੇਡੀ ਹੁੰਦਾ ਜਿੱਥੇ ਤੁਸੀਂ ਜਸਟਿਸ ਨਹੀਂ ਦੇਣਾ ਹੁੰਦਾ 1984 ਦੇ ਵਿੱਚ ਸਰਕਾਰ ਨੇ ਚਾਰ ਕਮਿਸ਼ਨ ਬਣਾਏ ਨੇ ਨੌ ਦੇ ਕਰੀਬ ਕਮੇਟੀਆਂ ਬਣਾਈਆਂ ਨੇ ਦੋ ਦੋ ਐਸਆਈਟੀ ਬਣ ਗਿਆ ਨੇ ਤੁਸੀਂ ਵੇਖੋ ਕਿ ਅੱਜ ਤਕਰੀਬਨ ਆਹ ਹੋਰ 7-8 ਮਹੀਨਿਆਂ ਨੂੰ 40 ਸਾਲ ਸਾਡੇ ਪੂਰੇ ਹੋ ਜੈਨੇ ਨੇ ਜੂਨ 84 ਨੂੰ ਪਰ ਅਜੇ ਵੀ ਕਮੇਟੀਆਂ ਐਸਆਈਟੀ ਤੇ ਕਮਿਸ਼ਨ ਬਣੇ ਜਾ ਰਹੇ ਨੇ ਇਹੋ ਹੀ ਅਪਰੋਚ ਸੀ ਕਿ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਨੂੰ ਬਚਾਉਣ ਲਈ ਇਨਰੂ ਇੱਕ ਇੱਕ ਔਰ ਕਮੇਟੀ ਫਿਰ ਉਸ ਤੋਂ ਬਾਅਦ ਇੱਕ ਨਵੀਂ ਐਸਆਈਟੀ ਫਿਰ ਨਵੀਂ ਐਸਆਈਟੀ ਬਣਾਉਣੀ ਸ਼ੁਰੂ ਕਰ ਦਿੱਤੀ ਰੰਦਾ ਟਾਈਮ ਨਿਕਲਦਾ ਰਹਿੰਦਾ ਬਸ ਵੀ ਹੌਲੀ ਹੌਲੀ ਟਾਈਮ ਗੁਜ਼ਾਰਾ ਜਿਵੇਂ ਕਹਦੀਏ ਤੇ ਉਹਦੇ ਤੇ ਐਕਸ਼ਨ ਕੋਈ ਨਹੀਂ ਹੁੰਦਾ ਫਸਟਲੀ ਰਿਪੋਰਟ ਹੀ ਯਾਨੀ ਕਿ ਕਿਤਨਾ ਕਿਤੇ ਇਹਦੇ ਵਿੱਚ ਮਾਇਨੇ ਰੱਖਦੀ ਸੀ ਉਸ ਤੋਂ ਬਾਅਦ ਜੇ ਲੋੜ ਨਹੀਂ ਸੀ ਤੁਸੀਂ ਕਹਿੰਦੇ ਹੋ ਹਾਂਜੀ ਤੇ ਇਤੀ ਵਿੱਚ ਇਹ ਨਹੀਂ ਕਿ ਜ਼ਮੇ ਅੱਜ ਹੁਣੇ ਇਸ਼ੂਸ ਲੋਕਾਂ ਦੇ ਵਿਚ ਆਲੇ ਆਇਆ ਹੈ ਇਹ ਕਈ ਵਾਰੀ ਆਇਆ ਹੈ 2010 ਵਿੱਚ ਇੱਕ ਇੱਥੇ ਤੁਹਾਡੇ ਬੜੇ ਸੀਨੀਅਰ ਜਰਨਲਿਸਟ ਸੀ ਐਚਐਸ ਮੈਨੂੰ ਉਹ ਉਹਨਾਂ ਨੇ ਇਹਨੂੰ ਰਿਲੀਜ਼ ਕੀਤਾ ਰਿਪੋਰਟ ਨੂੰ ਉਸ ਤੋਂ ਬਾਅਦ ਜਦੋਂ 2012 ਦੇ ਵਿੱਚ ਇਹ ਜਿਹੜਾ ਬੁੱਚੜਪੁਰ ਸਫਸਰ ਸਵਨਕੋਟ ਨਾ ਮਰਿਆ ਤੇ ਇਹਦੇ ਭੋਗ ਦੇ ਉੱਪਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਤੇ ਤਨ ਪਤਾ ਕਿ ਇਹ ਜਿਹੜਾ ਗਰੁੱਪ ਕਾਬਜ਼ ਹੈ ਉਹਨਾਂ ਨੇ ਭੇਜ ਦਿੱਤਾ ਹੈ ਜਿਹੜਾ ਬਡਾਲਾ ਸਾਹਿਬ ਸੀ ਕੀਰਤਨੀਆਂ ਸੀ ਕੀਰਤਨ ਕਰਨ ਲਈ ਉੱਥੇ ਜਾਣ ਕਿ ਕਿ ਤੁ ਸਵਨ ਸਿੰਘ ਕੋਟਨੇ ਦੇ ਭੋਗ ਤੇ ਕੀਰਤਨ ਕਰਨੇ ਉੱਥੇ ਫਿਰ ਜਿਹੜੇ ਉੱਥੋਂ ਦੇ ਚੰਗੇ ਸਿੱਖ ਸੀ ਉਹਨਾਂ ਨੇ ਇਕੱਠੇ ਹੋ ਕੇ ਅ ਮਨਾਵਾ ਸਾਹਿਬ ਸੀ ਗੋਪਾਲਾ ਸੀ ਹੋਰ ਨਾਲ ਸੇ ਇਕੱਠੇ ਹੋ ਕੇ ਉਹਨਾਂ ਨੇ ਫਿਰ ਪ੍ਰੋਟੈਸਟ ਕੀਤਾ ਕਿ ਜਿਹੜਾ ਸਵਰਨ ਸਿੰਘ ਘੋਟਣਾ ਹੈ ਇਹ ਸਿੱਖਾਂ ਦਾ ਕਾਤਲ ਹੈ ਔਰ ਕਾਤਲ ਦੇ ਭੋਗ ਉੱਪਰ ਦਰਬਾਰ ਸਾਹਿਬ ਤੋਂ ਕੀਰਤਨੀ ਜੱਥਾ ਜਾਣਾ ਬਿਲਕੁਲ ਗਲਤ ਹੈ ਉਸ ਵੇਲੇ ਫਿਰ ਜਿਹੜੇ ਕੀਰਤਨੀਆਂ ਸੀ ਉਹਨਾਂ ਨੇ ਵਾਕ ਆਊਟ ਕਰਤਾ ਕਿ ਸਾਨੂੰ ਨੌਕਰੀ ਤੋਂ ਬੇਸ਼ੱਕ ਕੱਢ ਦਿਓ ਅਸੀਂ ਇਸ ਮੁਚੜ ਅਫਸਰ ਤੇ ਕਿਰਤਨ ਨਹੀਂ ਕਰਨਾ ਹੈਗਾ ਤੇ ਕਈ ਮੌਕੇ ਆਏ ਨੇ ਇਹ ਮੁੱਦਾ ਲਗਾਤਾਰ ਹਾਈਲਾਈਟ ਹੋਇਆ ਹੈ ਉਹਨਿਤਸ ਤੋਂ ਇੱਕ ਲੀਗਲ ਅਸਪੈਕਟ ਤੇ ਹੋਰ ਵੀ ਤੁਹਾਨੂੰ ਦੱਸਦਾ ਹੈ ਕਿ ਬੜੀ ਇੰਟਰਸਟਿੰਗ ਹੈ ਕਿ 2002 ਚ ਸ਼ਰਮਨੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਸਿਮਰਜੀਤ ਸਿੰਘ ਮਾਨਹੂਨੀ ਇਹਦੀ ਇਨਵੈਸਟੀਗੇਸ਼ਨ ਲਈ ਹਾਈ ਕੋਰਟ ਗਏ ਨੇ ਉਦੋਂ ਜੱਜ ਸਾਹਿਬ ਨੇ ਇਹ ਕਹਿ ਦਿੱਤਾ ਕਿ ਇਹਨਾਂ ਨੇ ਜਿਹੜੇ ਰਿਪੋਰਟਸ ਨੇ ਤਿਵਾੜੀ ਸਾਹਿਬ ਵਾਲੀਆਂ ਤੇ ਹੋਰ ਪੇਪਰਸ ਨਹੀਂ ਕੀਤੇ ਹੈਗੇ ਤੇ ਇਹਦੀ ਆਲਰੇਡੀ ਐਸਆਈਟੀ ਬਣੀ ਹੋਈ ਹੈ ਸੋ ਇਹਦੇ ਵਿੱਚ ਰਿਟ ਦੀ ਲੋੜ ਨਹੀਂ ਹੈ ਉਹ ਟੈਕਨੀਕਲ ਗ੍ਰਾਉਂਡਸ ਤੇ ਡਿਸਮਿਸ ਕਰ ਦਿੱਤੀ ਫਿਰ ਮਾਨ ਸਾਹਿਬ ਐਸੀ ਕੇਸ 2011 12 ਦੇ ਵਿੱਚ ਸੁਪਰੀਮ ਕੋਰਟ ਗਏ ਨੇ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਚਾਹੀਦਾ ਸੀ ਕਿ ਇਹ ਐਟ ਅ ਸੈਂਸਿਟਿਵ ਮੈਟਰ ਹੈ ਸਿੱਖਾਂ ਦੇ ਤਖਤ ਦਾ ਜਥੇਦਾਰ ਮਰਿਆ ਹੈ ਕਿ ਤੁਸੀਂ ਇੱਥੇ ਸੋ ਮੋਟੋ ਲਾਓ ਇਟਸ ਟਾਈਮ ਬౌੰਡ ਇਨਕੁਆਰੀ ਕਰੋ ਕਰਨਦੀਪ ਜ਼ਾਇਓ ਵੀਰੇਟ ਡਿਸਮਿਸ ਕਰ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਤਿਵਾੜੀ ਸਾਹਿਬ ਸੀ ਬੀਪੀ ਤਿਵਾੜੀ ਸੀ ਉਹਨਾਂ ਤੇ ਪ੍ਰੈਸ਼ਰ ਬਣਾਉਣ ਲਈ ਕਿ ਕੱਲ ਨੂੰ ਤੂੰ ਕੋ ਰੋਲਾ ਨਾ ਪਾਏ ਉਰਤੀ ਇੱਕ ਹਰਿਆਣੇ ਚੋਂ ਸ਼ਾਹਬਾਦ ਤੋਂ ਕੁੜੀ ਲਿਆ ਕੇ ਉਹਨੂੰ ਥੋੜੇ ਜੇ ਪੈਸੇ ਦੇ ਕੇ 80000 ਰੁਪਿਆ ਦੇ ਕੇ ਉਹਨੂੰ ਜਿਹੜਾ ਕੰਮ ਵਾਲੀ ਬਣਾ ਕੇ ਤੇ ਤਿਵਾੜੀ ਸਾਹਿਬ ਦੇ ਘਰੇ ਇੱਥੇ ਮੁਹੱਲੀ ਵਿੱਚ ਹੈ ਉਸ ਤੋਂ ਬਾਅਦ ਉਹ ਕੋਈ ਕੰਪਲੇਨ ਕਰਵਾ ਦਿੱਤੀ ਗਈ ਕਿ ਮੇਰੇ ਨਾਲ ਇਸ ਮਾਲਸਟ੍ਰੇਸ਼ਨ ਜਿਹੜਾ ਵਾ ਮੇਰੀ ਮਾਲਸਟ੍ਰੇਸ਼ਨ ਹੋਈ ਹੈ ਸੋਸ਼ਲ ਹੋਇਆ ਤੇ ਉਸ ਰੇਟ ਉੱਪਰ ਜਿਹੜੀ ਹੈ ਇੱਥੋਂ ਦੇ ਹਾਈ ਕੋਰਟ ਹੈ ਉਸ ਸੀਬੀਆਈ ਦੀ ਇਨਕੁਆਰੀ ਮਾਰਕ ਕਰ ਦਿੰਦੀ ਹੈ ਫਾਰਚੂਨੇਟਲੀ ਸੀਬੀਆਈ ਦੇ ਵਿੱਚ ਚੰਗੇ ਅਫਸਰ ਸੀ ਜਿਨ੍ਹਾਂ ਨੇ ਫਿਰ ਉਹ ਸਾਰਾ ਇਨਵੈਸਟੀਗੇਟ ਕੀਤਾ ਹੈ ਇਹਦੇ ਵਿੱਚ ਇਹ ਕਹ ਲੈਂਦਾ ਹੈ ਕਿ ਇਹ ਬਿਲਕੁਲ ਗਲਤ ਅਲੀਗੇਸ਼ਨਸ ਹੈਗੇ ਨੇ ਜਿਹੜੇ ਲਾਇਏ ਨੇ ਤੁਹਾਡੀ ਸਾਹਿਬ ਤੇ। ਅੱਥਰ ਬਾਅਦ ਚ ਸਿੱਧੋ ਨਹੀਂ ਹੋਏ ਹੈਗੇ। ਹਾਂ ਉਹ ਸਿੱਧ ਨਹੀਂ ਹੋਈ ਜੀ ਉਹ सीबीआई ਨੇ ਵੀ ਦੇਖ ਲਿਆ ਹੈ ਕਿ ਇਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਇਹ ਝੂਠਾ ਕੇਸ ਬਣਾਇਆ ਗਿਆ ਹੈ। ਤੇ ਇਸ ਕੇਸ ਦੇ ਵਿੱਚ ਜਿਹੜਾ ਹੈ ਅੱਜ ਵੀ ਸਰਕਾਰ ਨੂੰ ਚਾਹੀਦਾ ਜਦੋਂ ਇਸ ਵੱਡੇ ਪੱਧਰ ਤੇ ਮਸਲਾ ਹੋ ਗਿਆ ਹੈ। ਜਦੋਂ ਸੁਪਰੀਮ ਕੋਰਟ ਕਹਿੰਦੀ ਹੈ ਕਿ ਤੁਹਾਨੂੰ ਕੁਝ ਲੈਣ ਦੀ ਲੋੜ ਨਹੀਂ ਹੈਗੀ ਸੁਪਰੀਮ ਕੋਰਟ ਦੀਆਂ ਜਜਮੈਂਟਸ ਆ ਗਈਆਂ ਨੇ। ਲਲਿਤਾ ਕੁਮਾਰੀ ਵਰਸਸ ਸਟੇਟ ਆਫ ਯੂਪੀ ਇਹ 2013 ਦੀ ਲੈਂਡਮਾਰਕ ਜਜਮੈਂਟ ਹੈ ਜਿੱਥੇ ਕੋਗਨੀਜ਼ੇਬਲ ਅਫੈਂਸ ਹੈ ਉਤੀ ਇਮੀਡੀਏਟ ਐਫੀਅਰ ਕਰਨੀ ਬੰਦੀ ਹੈ ਹੁਣ ਤੇ ਦੇਖਣਾ ਬੰਦਾ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਜਿਹੜੇ ਕਹਿੰਦੇ ਨੇ ਕਿ ਇਹ ਜੋ ਵੀ ਹੋਇਆ ਹੈ ਜੇ ਬਰਗਾੜੀ ਹੋਇਆ ਤੇ ਕਾਂਗਰਸੀਆਂ ਨੇ ਕੀਤਾ ਤੇ ਅਕਾਲੀਆਂ ਨੇ ਨਹੀਂ ਕੀਤਾ ਅਸੀਂ ਸਿੱਖਾਂ ਨੂੰ ਜਸਟਿਸ ਦਵਾਂਗੇ ਤੇ ਇਹ ਤੇ ਹੁਣ ਮੈਨੂੰ ਲੱਗਦਾ ਹੈ ਕਿ ਡੀਜੀਪੀ ਪੰਜਾਬ ਨੂੰ ਔਰ ਚੀਫ ਮਿਨਿਸਟਰ ਪੰਜਾਬ ਨੂੰ ਇਮੀਡੀਏਟਲੀ ਸੋ ਮੋਟੋ ਲੈ ਕੇ ਇਟਸ ਐਫ ਆਰ ਦਰਜ ਕਰਕੇ ਜਿਹੜੇ ਅਕਿਊਜ਼ਡ ਹੈ ਉਹ ਅਰੈਸਟ ਹੋਣੇ ਚਾਹੀਦੇ ਨੇ ਇਹਦੇ ਚ ਜਿਹੜਾ ਹੁਣ ਜੇ ਸਿਆਸੀ ਤੌਰ ਤੇ ਜਿਹੜਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਉਹਦੇ ਚ ਜਿਵੇਂ ਕਿ ਇਹ ਕਾਂਗਰਸ ਸਵਾਲ ਚੁੱਕਣ ਲੱਗੀ ਵੀ ਇੰਨਾ ਟਾਈਮ ਅਕਾਲੀ ਦਲ ਦੀ ਸਰਕਾਰ ਰਹੀ ਦੂਜੇ ਪਾਸੇ ਅਕਾਲੀ ਦਲ ਪੰਥਕ ਤੇਰਾ ਦੇਖੋ ਇਹ ਕੋਈ ਦੋ رائے ਨਹੀਂ ਹੈਗੀ ਲਗਾਤਾਰ ਪੰਥਕ ਮਸਲਿਆਂ ਨੂੰ ਲੈ ਕੇ ਐਕਟਿਵ ਰਹਿੰਦੇ ਆ ਤਾਂ ਇਹ ਸਮਝਦੇ ਹਾਂ ਵੀ ਉਸ ਉਸ ਸਮੇਂ ਦੇ ਦੌਰਾਨ ਜੇ ਐਸਆਈਟੀਆਂ ਬਣੀਆਂ ਤਾਂ ਉਹਨਾਂ ਦੀ ਲੋੜ ਨਹੀਂ ਸੀ ਕਿ ਸਿੱਧਾ ਐਕਸ਼ਨ ਹੋ ਸਕਦਾ ਸੀਗਾ ਬਿਲਕੁਲ ਜੀ ਬਹੁਤ ਅਫਸਰ ਹੋਣੇ ਵੀ ਨਹੀਂ ਮੇਰੇ ਖਿਆਲ ਚ ਇਸ ਦੁਨੀਆ ਦੇ ਦੇਖੋ ਇਹ ਤੁਹਾਡੀ ਵਿਲ ਹੋਣੀ ਚਾਹੀਦੀ ਹੈ ਇਜ਼ਰਾਈਲੀਆਂ ਨੇ 893 ਸਾਲ ਦਾ ਬਜ਼ੁਰਗ ਇੱਕ ਫੋਟੋਗ੍ਰਾਫਰ ਸੀ ਜਰਮਨ ਦਾ ਜਿਹੜਾ ਹਿਟਲਰ ਦਾ ਰਾਈਟ ਹੈਂਡ ਸੀ ਜਿਹਨੇ ਔਰ ਤੇ ਕਿਲਿੰਗਸ ਦੇ ਵਿੱਚ ਹਿਟਲਰ ਦਾ ਸਾਥ ਦਿੱਤਾ ਉਹਨੂੰ ਆ ਦੋ ਤਿੰਨ ਸਾਲ ਪਹਿਲੇ ਚੱਕ ਕੇ ਔਰ ਤੇ ਮੁਕੱਦਮਾ ਛਲਾ ਕੇ ਤੇ ਉਹਨੂੰ ਪਨਿਸ਼ਮੈਂਟ ਦਿੱਤੀ ਹੈ 92 ਸਾਲ ਦੇ ਬੰਦੇ ਨੂੰ ਤੇ ਇਹ ਸਾਰੇ ਪੁਲਿਸ ਅਫਸਰ ਜਿਉਂਦੇ ਜਾਗਦੇ ਨੇ ਇਹ ਚ ਹੈਗੇ ਨੇ ਸਾਰੇ ਉਹ ਹਾਂ ਕੁਝ ਜਿਉਂਦੇ ਨੇ ਜੀ ਕੋਟਨਾ ਮਰ ਗਿਆ ਇੱਕ ਦੋ ਹੋਰ ਮਰੇ ਨੇ ਬਾਕੀ ਜਿਉਂਦੇ ਨੇ ਪਰ ਸਾਡੀ ਟਰੈਜਡੀ ਹੈ ਕਿ ਜਿਹੜੇ ਬੰਦਿਆਂ ਨੇ ਸਿੱਖਾਂ ਤੇ ਜ਼ੁਲਮ ਕੀਤੇ ਨੇ ਹੁਣ ਇੱਕ ਪਰਮਰਾਜ ਉਮਰਾਂ ਨੰਗਲ ਹੈ ਆਈਜੀ ਪੁਲਿਸ ਦਾ ਹੈ ਜਿਨੇ ਐਨੀਆਂ ਕਿਲਿੰਗਸ ਕੀਤੀਆਂ ਨੇ ਸਿੱਖਾਂ ਦੀਆਂ ਉਹਨੂੰ ਸ਼ਰੋਮਣੀ ਕਮੇਟੀ ਆਨਰ ਕਰਦੀ ਹੈ ਸਰੋਪਾ ਦਿੰਦੀ ਹੈ ਹਨਾ ਜਿਹੜਾ ਸਵਨ ਸਿੰਘ ਕੋਟਨਾ ਹੈ ਜਿਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਹੀਦ ਕੀਤਾ ਹੈ ਉਦੇ ਭੋਗ ਤੇ ਸ਼੍ਰੋਮਣੀ ਕਮੇਟੀ ਤੇ ਜਥੇ ਆਉਂਦੇ ਨੇ ਕੀਰਤਨ ਕਰਨ ਲਈ ਇਹ ਤੇ ਸ਼ਰਮ ਵਾਲੀ ਗੱਲ ਹੈਗੀ ਹੈ ਤੇ ਇਹ ਜਿਹੜਾ ਜਸਟਿਸ ਜਿਹੜੀ ਨਵੀਂ ਸਰਕਾਰ ਹੈ ਤੇ ਮੈਂ ਮਹਿਸੂਸ ਕਰਦਾ ਕਿ ਜੇ ਇਹਨਾਂ ਦੀ ਵਿਲ ਹੈਗੀ ਹੈ ਤੇ ਜੇ ਇਹ ਸੋਚਦੇ ਨੇ ਕਿ ਸਿੱਖਾਂ ਨੂੰ ਜਸਟਿਸ ਦੇਣਾ ਇਹ ਇਕੁਅਲ ਸਿਟੀਜ਼ਨ ਹੈਗੇ ਨੇ ਹਿੰਦੁਸਤਾਨ ਦੇ ਤੇ ਇਮੀਡੀਏਟਲੀ ਇਹ ਤੇ ਪਰਚਾ ਦਰਜ ਹੋਣਾ ਚਾਹੀਦਾ ਹੂੰ ਤੇ ਉਹ ਅਕਿਊਜ਼ਡ ਅਰੈਸਟ ਕਰਨੇ ਚਾਹੀਦੇ ਨੇ ਸੋ दैट ਜਿਵੇਂ ਉਹਨਾਂ ਨੇ ਦੇਖੋ ਐਡੇ ਵੱਡੇ ਐਡੀਸੀਪੀ ਨੂੰ ਡਰੌਨਲੀ ਔਰਤੇ ਝੂਠਾ ਰੇਪ ਦਾ ਪਰਚਾ ਦਰਜ ਕਰ ਸਕਦੇ ਨਹੀਂ ਤੇ ਜਿਹੜੇ ਗਵਾਹ ਨੇ ਇਸ ਕੇਸ ਤੇ ਉਹਨਾਂ ਨੂੰ ਇਮੀਡੀਏਟ ਜਿਵੇਂ ਤੁਸੀਂ ਸਰਸੇ ਵਾਲਿਆਂ ਨੂੰ ਸਿਕਿਉਰਿਟੀ ਦਿੱਤੀ ਹੈ ਗੱਡੀਆਂ ਦਿੱਤੀਆਂ ਨੇ ਇਹਨਾਂ ਗਵਾਹਾਂ ਨੂੰ ਵੀ ਸਿਕਿਉਰਿਟੀ ਮਿਲਣੀ ਚਾਹੀਦੀ ਹੈ ਤੇ ਇਹਨਾਂ ਦੀ ਪ੍ਰੋਟੈਕਟ ਕਰਨਾ ਚਾਹੀਦਾ ਹੈ ਤੇ ਇਮੀਡੀਏਟਲੀ ਐਵਿਡੈਂਸ ਕਲੈਕਟ ਕਰਕੇ ਤੇ ਇਹਨਾਂ ਨੂੰ ਪਨਿਸ਼ਮੈਂਟ ਹੋਣੀ ਚਾਹੀਦੀ ਹੈ ਜੀ ਫਿਰ ਕਿਉਂਕਿ ਇਹ ਸਾਰੇ ਜਿਹੜੇ ਫੈਕਟਸ ਜਿਵੇਂ ਜਿਕੇ ਇਹ ਸਮਰਿੰਦਰ ਸਿੰਘ ਹੋਰਾਂ ਨੇ ਦੱਸੇ ਨੇ ਕਿ ਤੇ तमाम ਚੀਜ਼ਾਂ ਕਿ ਗੁਰਦੇਵ ਸਿੰਘ ਕੌਂਕੇ ਦੀ ਆਖਰ ਭੂਮਿਕਾ ਕੀ ਸੀਗੀ ਉਹਦੇ ਤੌਰ ਤੇ ਲੱਗਦਾ ਕਿ ਹੁਣ ਤੱਕਰ ਇਹ ਤਾਂ ਠੀਕ ਹੈ ਵੀ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਇਨਸਾਫ ਵਾਸਤੇ ਮੰਗਾਂ ਵਾਰੀ ਵਾਰੀ ਉੱਠਦੀ ਰਹੀਆਂ ਐ ਇਸ ਵਾਰੀ ਹਾਈਲਾਈਟ ਜਿਵੇਂ ਮਾਮਲਾ ਹੋਇਆ ਇਹ ਕਹਿੰਦੇ ਕਿ ਚਾਹੀਦਾ ਤਾਂ ਸਰਕਾਰ ਨੂੰ ਹੁਣ ਇਹ ਹੈ ਵੀ ਇਹਦੇ ਤੇ ਐਕਸ਼ਨ ਕੀ ਲੈਂਦੀ ਹੈ ਚੀਜ਼ ਦੇਖਣ ਵਾਲੀ ਆ ਪਰ ਜਦੋਂ ਕਹਿੰਦੇ ਇਹਨਾਂ ਨੇ ਖੈਰ ਉਸ ਚੀਜ਼ ਨੂੰ ਵੀ ਕਿਤੇ ਨਾ ਕਿਤੇ ਸਾਹਮਣੇ ਰੱਖਿਆ ਵੀ ਜਿੱਤੇ ਤੇ ਸਵਾਲ ਤੁਸੀਂ ਚੁੱਕ ਰਹੇ ਹੋ ਉਹਨਾਂ ਨੇ ਤਾਂ ਬਕਾਇਦਾ ਤੌਰ ਤੇ ਫੈਸਿਲੀਟ ਕਰਦੇ ਰਹੇ ਹੁਣ ਇਲਜ਼ਾਮ ਬਹੁਤ ਵੱਡੇ ਨੇ ਸਿਆਸੀ ਤੌਰ ਤੇ ਲਾਜ਼ਮੀ ਜੀ ਗੱਲ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਸਿੱਖੀ ਨੂੰ ਲੈ ਕੇ ਕਿਸੇ ਮਸਲੇ ਨੂੰ ਲੈ ਕੇ ਸਵਾਲ ਜਵਾਬ ਹੁੰਦੇ ਨੇ ਤਾਂ ਸਿਆਸੀ ਤੌਰ ਤੇ ਵੀ ਮੁੱਦਾ ਉੱਠਦਾ ਹੈਗਾ ਪਰ ਗੱਲ ਇਹ ਹੈ ਵੀ ਇਸ ਪੂਰੇ ਮਾਮਲੇ ਦੇ ਵਿੱਚ ਐਨੇ ਸਾਲਾਂ ਤੋਂ ਬਾਅਦ ਕੀ ਕੋਈ ਕਾਰਵਾਈ ਹੋਊਗੀ ਇਹ ਸਵਾਲ ਹਜੇ ਵੀ ਬਣਿਆ ਹੋਇਆ ਤੇ ਸਿਆਸੀ ਤਿਰਾਂ ਭਾਵੇਂ ਆਪਦੀ ਸਿਆਸਤ ਕਰਨ ਪਰ ਨਾਲ ਨਾਲ ਗੱਲ ਇਹ ਹੈ ਵੀ ਕੌਮਕੇ ਨੂੰ ਇੰਨੇ ਸਮੇਂ ਤੋਂ ਬਾਅਦ ਵੀ ਕੀ ਇਨਸਾਫ ਮਿਲੂਗਾ ਕਿਉਂਕਿ ਸਿੱਖਾਂ ਦੇ ਸਰਮੋਰਸ ਸ਼੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਦੇ ਨਾਲ ਜਿਸ ਤਰ੍ਹਾਂ ਦਾ ਵਾਕਿਆ ਹੁੰਦਾ ਤਾਂ ਬਾਕੀ ਲੋਕ ਕੀ ਸੋਚਣਗੇ ਸੀਨੀਅਰ ਵੀਡੀਓ ਨਿਊਰਿਸਟ ਮਨਤੇਜ ਦੇ ਨਾਲ ਸੁਮਿਤ ਸਿੰਘ ਰਜਨਾਸ ਸਪੋਕਸਮੈਨ ਟੀਵੀ ਚੰਡੀਗੜ੍ਹ